अगे वधांगे होशियारपुर शहर विच रेलवे फाटक कारण लगदे लंबे जाम तो लोगों नूं निजात दिवाउण लई प्रशासन ने ओवरब्रिज बनाउण दी कारवाई नूं एक बार फिर तेज़ कर दिता है। पर दूजे पासे स्थानक दुकानदारां वल्लों ओवरब्रिज का विरोध किया जा रहा है। इन्हां दा कहना है कि सरकार ओवरब्रिज की थां इसका कोई बदलवां हल कढ़े। ਇਹ ਦੁਕਾਨ ਵੀ ਇੱਥੇ ਕਾਫੀ ਹੈ ਜੀ, ਘੱਟੋ ਘੱਟ 300-400 ਦੁਕਾਨਾਂ ਆ। ਜੇ ਬ੍ਰਿਜ ਬਣਨਾ ਵੀ ਚਾਹੀਦਾ, ਜੇ ਲੰਬਾ ਇੰਨਾ ਲੰਬਾ ਵੀ ਨਾ ਬਣੇ, ਛੋਟਾ ਬ੍ਰਿਜ ਬਣੇ ਜਿਹੜਾ ਆਲੇ ਦੁਆਲੇ ਦੁਕਾਨਾਂ ਨੂੰ ਵੀ ਸਹੂਲਤ ਰਹੇ। ਦੂਜਾ ਪੱਖ ਦੇਖੀਏ ਤਾਂ ਜਿਹੜਾ ਸਾਰੇ ਸ਼ਹਿਰ ਦਾ ਪਾਣੀ ਉਹ ਪਹਿਲੀ ਇੱਧਰ ਨੂੰ ਆਉਂਦਾ ਹੈ, ਲੇਕਿਨ ਅੰਡਰਪਾਸ ਬਣ ਗਿਆ, ਉਹਨਾਂ ਦਾ ਦਿੱਕਤ ਹੋਰ ਦਿੱਕਤ ਤਾਂ ਪੈਣੀ ਪੈਣੀ ਕਿ ਪਾਣੀ ਸਾਰਾ ਟੋਟਲੀ ਸਾਰੇ ਹੁਸ਼ਿਆਰਪੁਰ ਦਾ ਪਾਣੀ ਇੱਧਰ ਸਾਈਡ ਤੇ ਆਉਂਦਾ। ਸਰਕਾਰ ਨੂੰ ਵੀ ਇਹੀ ਚਾਹੀਦਾ ਵੀ ਜੇ ਬਣਾਉਣਾ ਤੇ ਫਿਰ ਤੁਸੀਂ ਇਹਦਾ ਵੀ ਖਿਆਲ ਰੱਖ ਕੇ ਪੱਖ ਰੱਖ ਕੇ ਬਣਾਓ। ਸਰ ਜੀ, ਦੁਕਾਨਦਾਰ ਤਾਂ ਏਦਾਂ ਨਾ ਜੀ ਵੀ ਜਦੋਂ ਬ੍ਰਿਜ ਬਣ ਗਿਆ ਦੁਕਾਨਾਂ ਆਪੇ ਨੀਵੀਆਂ ਹੋ ਜਾਣੀਆਂ, ਉਹਨਾਂ ਦਾ ਵੀ ਗੁੱਸਾ ਵਾਜਬ ਆ। ਪਰ ਅਸੀਂ ਗਵਰਨਮੈਂਟ ਅੱਗੇ ਇਹ ਫਰਿਆਦ ਕਰਦੇ ਹਾਂ, ਬ੍ਰਿਜ ਇਸ ਹਿਸਾਬ ਨਾਲ ਬਣਿਆ ਜਾਵੇ ਕਿ ਦੁਕਾਨਾਂ ਦਾ ਵੀ ਚੱਲਦਾ ਰਹੇ ਤੇ ਟ੍ਰੈਫਿਕ ਦਾ ਵੀ ਚੱਲਦਾ ਰਹੇ। ਪੁਲ ਤਾਂ ਹੀ ਬਣਨਾ ਚਾਹੀਦਾ ਹੈਗਾ ਵਾ, 16 ਵਾਰੀ ਫਾਟਕ ਲੱਗਦਾ ਦਿਨ ਦੇ ਵਿੱਚ, ਮਤਲਬ ਇੰਨਾ ਟ੍ਰੈਫਿਕ ਜਾਮ ਹੋ ਜਾਂਦਾ ਨਾ, ਕਿਤੇ ਰਸ਼ ਵੀ ਇੰਨਾ ਪੈ ਜਾਂਦਾ ਹੈਗਾ ਵਾ। ਹੁਸ਼ਿਆਰਪੁਰ ਚ ਕੁਛ ਤਰੱਕੀ ਹੁੰਦੀ ਵੀ ਉਹਨੂੰ ਹੋ ਲੈਣ ਦਿਓ। ਹਾਂਜੀ, ਇਹ ਪੁਲ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਹੈਗਾ, ਦੁਕਾਨਦਾਰ ਵਾਲੇ ਬੰਦੇ ਨੂੰ, ਦੁਕਾਨਦਾਰ ਵਾਲੇ ਜਿਹੜੇ ਬੰਦੇ ਨੀਚੇ ਹੁਸ਼ਿਆਰਪੁਰ ਦੇ ਸਮਾਨ ਉਹਨਾਂ ਨੇ ਥੱਲੋਂ ਹੀ ਲੈਣਾ ਹੈਗਾ।